ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਤਮਾਮ ਭੈਣਾਂ ਭਾਈ, ਮਿਹਨਤ ਕਰਨਾ ਠੀਕ ਠਾਕ ਹੋ ਸੇ, ਜਿੱਥੇ ਰਹੋ ਹੱਸਦੇ ਅਤੇ ਮੁਸਕਰਾਉਂਦੇ ਰਹੋ, ਸਾਡੀਆਂ ਤੁਹਾਨੂੰ ਨਾਲ ਹੈ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ, ਕਿਸੇ ਚੀਜ਼ ਦੀ ਤੋੜ ਦੇਵੇ, ਅੱਲਾਹ ਪਾਕ ਤੁਹਾਡੇ ਕਾਰੋਬਾਰ ਬਰਕਤਾਂ ਪਾਵੇ, ਜਿਹੜੇ ਬਿਮਾਰ ਅੱਲਾਹ ਪਾਕ ਉਹਨਾਂ ਸ਼ਿਫਾ ਤਾ ਫਰਮਾਵੇ, ਜਿਹੜੇ ਔਲਾਦ ਨਹੀਂ ਅੱਲਾਹ ਪਾਕ ਉਹਨਾਂ ਔਲਾਦ ਦੇਵੇ, ਸੋਹਣਾ ਮਾਲਕ ਸਾਰਿਆਂ ਤੇ ਰਹਿਮਤ ਕਰੇ ਤੇ ਹਰ ਦਾ ਭਲਾ ਕਰੇ। ਔਰ ਅੱਲਾਹ ਨੂੰ ਯਾਦ ਕਰਕੇ ਅੱਜ ਦਾ ਵਲੌਗ ਦਾ ਕੱਟਿਆ ਭੇਜੀਏਗਾ, ਸੋਹਣੇ ਮਾਲਕ ਨੂੰ ਯਾਦ ਕਰਕੇ ਸ਼ੋਪ ਖੋਲ੍ਹੀ ਹੈਗੀ। ਔਰ ਸੁਬਹਾ ਸੁਬਹਾ ਦਾ ਟਾਈਮ ਹੈ ਜੀ, ਕੋਈ ਤਿੰਨੇ ਨਿਕਲਿਆ ਹੈਗਾ ਮਾਸ਼ਾਅੱਲਾ, ਔਰ ਚੱਲਾ ਹੈਗਾ, ਸਫਾਈ ਵਗੈਰਾ ਕਰ ਦਿੱਤੀ ਹੈਗੀ, ਸ਼ੋਪ ਖੋਲ੍ਹ ਦਿੱਤੀ ਹੈਗੀ। ਔਰ ਕਿਹੜਾ ਹੈਗਾ ਨਾ, ਮੂੰਗਾ ਵੀ ਫਿਰਨਾ ਹੈਗਾ, ਕਿਉਂਕਿ ਬੇਗਮ ਸਾਹਿਬ ਸ਼ਾਮ ਟਾਈਮ ਨਾ ਦੋ ਤੰਦੂਰ ਨਾਲ ਲਿਪ ਦਿੱਤੇ ਸੀ, ਮੈਂ ਕਿਹਾ ਹੁਣ ਨਾ ਮੂੰਗਾ ਫੇਰ ਕੇ ਨਾ ਚਲਾ ਜਾਵਾਂ, ਕਿਉਂਕਿ ਨਾ ਸੁੱਕ ਨਾ ਜਾਵੇ ਉਤਰੇ ਆਉਂਦੇ ਆ, ਤੋਂ ਨਾ ਕਾਫੀ ਸਾਰੀ ਲੇਟ ਹੋ ਜਾਂਦੀ। ਔਰ ਮੋਟਰਸਾਈਕਲ ਕਿਹੜਾ ਹੈਗਾ ਨਾ, ਮੈਂ ਬਾਹਰ ਕੱਢ ਲਿਆ ਸੀ ਖੁਰਜੀ ਵਾਲਾ, ਨਾ ਖੁਰਜੀ ਵੀ ਲੱਦ ਲਈ ਹੈਗੀ ਤਕਰੀਬਨ। ਦੁਕਾਨ ਦੀ ਸਫਾਈ ਵਗੈਰਾ ਮੈਂ ਕਰ ਦਿੰਦੇ ਹਾਂ, ਬੇਗਮ ਸਾਹਿਬ ਨਾ ਮੁਸ਼ਕਿਲ ਨਾ ਹੋਵੇ, ਸਫਾਈ ਕਰਕੇ ਅਤੇ ਫਿਰ ਸ਼ਟਰ ਥੱਲੇ ਸੈੱਟ ਦੇਵਾਂਗੇ, ਕਿਉਂਕਿ ਮੈਂ ਚਲਾ ਜਾਵਾਂਗਾ ਫਿਰ ਮੰਡੀ। ਮੰਡੀ ਪਈਆਂ ਪੈਣਾ ਮੁਲਾਕਾਤ ਕਰਨ ਨਾਲ ਤਾਜ਼ੀਆਂ ਤਾਜ਼ੀਆਂ ਸਬਜ਼ੀਆਂ ਨਾਲ ਅਤੇ ਔਰ ਤਾਜ਼ੇ ਤਾਜ਼ੇ ਫਰੂਟ ਨਾਲ। ਮੈਂ ਕਹਿੰਦਾ ਉਹਦੇ ਪਹਿਲੇ ਪਹਿਲੇ ਨਾ ਮੂੰਗਰ ਫੇਰ ਲਵਾਂ, ਮੂੰਗਰ ਸੁੱਕ ਨਾ ਜਾਵੇ। ਔਰ ਮੂੰਗਰ ਚੱਕ ਕੇ ਲੈਂਦੇ ਹਾਂ ਅਤੇ ਚੱਲਣੇ ਆ ਫਿਰ ਲੈਣ ਯਾਦ ਕਰਕੇ ਮੰਡੀ। ਕਿਹੜਾ ਹੈਗਾ ਨਾ, ਮੂੰਗਰ ਮੈਂ ਫੇਰ ਲਿਆ, ਔਰ ਸੁਬਹਾ ਸੁਬਹਾ ਹੀ ਨਾ ਪਸੀਨੀਓ ਪਸੀਨੀ ਹੋ ਗਿਆ, ਕਿਉਂਕਿ ਨਾ ਕਾਫੀ ਸਾਰਾ ਨਾ ਮੁਸ਼ਕਿਲ ਨਾਲ ਅਤੇ ਔਰ ਜ਼ੋਰ ਨਾ ਵਗਦਾ ਹੈਗਾ ਸਫਾਈ ਵਗੈਰਾ। ਇਹਨੂੰ ਥੋੜ੍ਹੀ ਥੋੜ੍ਹੀ ਨਾ ਜੀ ਗਿੱਲਾ ਹੈਗਾ ਸੀ, ਸਿੱਧਾ ਪੱਧਰਾ ਨੇ ਹੋ ਗਿਆ ਹੈਗਾ, ਸਾਡਾ ਤਾਂ ਕਿਹੜੇ ਹੈਗੇ ਨਿਸ਼ਾਨ ਵਗੈਰਾ ਲਗਾ ਦਿੱਤੇ ਔਰ ਬਿਲਕੁਲ ਨਾ ਲੇਵਾ ਲੈ ਕਰ ਦਿੱਤਾ ਹੈਗਾ, ਟੋਟਲ ਨਾ ਇਹਨੂੰ ਵੀ ਕਰ ਦਿੱਤਾ ਅਤੇ ਔਰ ਇਹਨੂੰ ਨਾ ਕਿਹੜਾ ਹੈਗਾ ਨਾ ਬਣਾ ਦਿੱਤਾ। ਔਰ ਸ਼ੋਪ ਕਿਹੜੀ ਹੈਗੀ ਨਾ ਬੰਦ ਕਰ ਦਿੱਤੀ, ਬੰਦ ਕਰਕੇ ਹੁਣ ਚੱਲਣੇ ਆ ਮੰਡੀ, ਕਿਉਂਕਿ ਸੌਦਾ ਲੈਣਾ ਹੈਗਾ, ਥੋੜ੍ਹਾ ਹੈਗਾ ਸਬਜ਼ੀ ਲੈਣਾ ਅਤੇ ਜਿਹੜੀ ਜਿਹੜੀ ਚੀਜ਼ ਲਈ ਪਈਆਂ ਪੈਣਾ ਇਨਸ਼ਾਅੱਲਾ ਤਾਲਾ ਉਹ ਵੀ ਸ਼ੇਅਰ ਕਰਾਂਗੇ। ਅੱਲਾਹ ਨੂੰ ਯਾਦ ਕਰਕੇ ਹੁਣ ਚੱਲ ਕੇ ਮੰਡੀ ਪਈਆਂ ਪੈਣਾ ਨਾ ਮੁਲਾਕਾਤ ਹੁੰਦੀ ਹੈਗੀ। ਹਾਂਜੀ, ਅਤੇ ਮਾਸ਼ਾਅੱਲਾ ਖੈਰ ਸਲਾਮਤੀ ਮੈਂ ਮੰਡੀ ਪਹੁੰਚਿਆ, ਔਰ ਕਾਫੀ ਸਾਰਾ ਨਾ ਫਰੂਟ ਵਗੈਰਾ ਹੈਗਾ ਅਤੇ ਕਾਫੀ ਸਾਰੀਆਂ ਸਬਜ਼ੀਆਂ ਵਗੈਰਾ, ਸਾਈਡ 'ਤੇ ਅੰਬ ਹੈਗਾ ਔਰ ਜਾਮਨ ਵੇਚ ਰਿਹਾ ਤਾਂ ਉਹ ਸਾਈਡ 'ਤੇ ਨਾ ਕੇਲਾ ਹੈਗਾ, ਅੰਬ ਬੜਾ ਹੀ ਮਾਸ਼ਾਅੱਲਾ ਪਿਆਰਾ ਪਿਆਰਾ ਹੈਗਾ, ਸਬਜ਼ੀਆਂ ਵਗੈਰਾ ਵੀ ਕਾਫੀ ਸਾਰੀਆਂ ਹੈਗੀਆਂ, ਔਰ ਉਹ ਵਾਲਾ ਸਾਰਾ ਅੰਬ ਹੀ ਅੰਬ ਪਿਆ ਹੈਗਾ ਨਜ਼ਰ ਆ ਰਿਹਾ ਹੋਵੇਗਾ। ਇਹ ਵਾਲਾ ਆੜੂ ਹੈਗਾ ਔਰ ਇਹ ਵਾਲਾ ਨਾ ਅੰਬ ਹੈਗਾ ਚਿੱਟਾ ਚੌਂਸਾ, ਇਹ ਵੀ ਹੈਗਾ, ਉਹ ਵਾਲਾ ਨਾ ਸੇਲ ਹੋ ਰਿਹਾ ਹੈਗਾ, ਭਾਈ ਹੋਰੀ ਨਾ ਸੇਲ ਕਰ ਰਹੇ ਹੈਗੇ। ਮੈਂ ਕੁਛ ਸਬਜ਼ੀ ਥੋੜ੍ਹੀ ਥੋੜ੍ਹੀ ਨਾ ਲੈ ਲੈਣਾ, ਉਸ ਤੋਂ ਬਾਅਦ ਵੇਖਾਂਗੇ ਜੋ ਅੰਬ ਵਾਰੇ ਜਾਏ ਲੱਭ ਜਾਵੇ ਉਹਨਾਂ, ਤਾਂ ਅੰਬ ਵੀ ਨਾ ਅੱਜ ਲੈ ਕੇ ਜਾਵਾਂਗੇ ਇਨਸ਼ਾਅੱਲਾ ਤਾਲਾ, ਜ਼ਿਆਦਾ ਨਹੀਂ ਤਾਂ ਇੱਕ ਦੋ ਪੇਟੀਆਂ ਨਾ ਲੈ ਆ ਜਾਵਾਂਗੇ। ਕਾਫੀ ਸਾਰਾ ਮਾਸ਼ਾਅੱਲਾ ਹੋਈ ਨਾ ਸਬਜ਼ੀ ਵਗੈਰਾ ਹੈਗੇ ਜੀ, ਰਸ਼ ਜੀ ਨਾ ਰਸ਼ ਜੀ ਕੰਮ ਹੈਗਾ, ਕਿਉਂਕਿ ਨਾ ਜੀ ਥੋੜ੍ਹਾ ਜਿਹਾ ਬੰਦਾ ਜੀ, ਅੱਜ ਨਾ ਅੰਬ ਦੀ ਕੋਸ਼ਿਸ਼ ਕਰਾਂਗਾ ਜੀ ਠੀਕ ਹੋਵੇਗਾ ਤਾਂ, ਅਤੇ ਜੇ ਸਸਤਾ ਪੈ ਗਿਆ ਤਾਂ ਉਹ ਵਾਲਾ ਭਾਈ ਕੋਲ ਅੰਬ ਅੱਛਾ ਹੈਗਾ। ਅਤੇ ਮਾਸ਼ਾਅੱਲਾ ਸਬਜ਼ੀਆਂ ਵਗੈਰਾ ਨਾ ਫਰੈਸ਼ ਫਰੈਸ਼ ਜੀ ਨਾ ਤਾਜ਼ੀਆਂ ਤਾਜ਼ੀਆਂ ਨਾ ਰਾਤ ਦੀਆਂ ਟੁੱਟੀਆਂ ਹੋਈਆਂ ਕਰੇਲੇ ਔਰ ਕੱਦੂ ਵੀ ਹੈਗੇ ਨਾਲ, ਨਿੰਬੂ ਵੀ ਪੈ ਗਏ ਚੱਲ ਕੇ ਟੈਪ 'ਤੇ ਦੂਸਰੇ ਹੈਗੇ। ਉਸ ਸਾਈਡ 'ਤੇ ਅੰਬ ਹੋਰ ਢੇਰ ਲੱਗੇ ਹੋਣ ਕੁਛ ਇੱਧਰ, ਅੰਬ ਵਿਕ ਰਿਹਾ ਜੀ ₹700 ਕਰ ਮੁਬਾਰਕ।
ਇਸ ਪਾਸੇ ਨਾ ਮਾਸ਼ਾਅੱਲਾ ਸਬਜ਼ੀਆਂ ਵਗੈਰਾ ਨਾ ਆਈਆਂ ਹੋਈਆਂ ਤਾਜ਼ੀਆਂ ਤਾਜ਼ੀਆਂ ਫਰੈਸ਼ ਦੇ ਔਰ ਗਾਜਰਾਂ ਹੈਗੀਆਂ, ਗਾਜਰਾਂ ਤਾਂ ਮੈਂ ਸਟੋਰ ਦੀਆਂ ਹੈਗੀਆਂ, ਅੱਜ ਕੱਲ੍ਹ ਤਾਂ ਮੌਸਮ ਨਹੀਂ ਹੈਗੀ ਗਾਜਰਾਂ, ਸ਼ਿਮਲਾ ਮਿਰਚ ਤਾਜ਼ੀ ਹੈਗੀ ਔਰ ਧਨੀਆ ਅਤੇ ਨਾਲ ਗੋਭੀਆਂ, ਗੋਭੀ ਵੀ ਮਾਸ਼ਾਅੱਲਾ ਕਾਫੀ ਨਾ ਸਫੈਦ ਚਿੱਟੀ ਹੈਗੀ ਤਾਜ਼ੀ ਤਾਜ਼ੀ, ਭਿੰਡੀਆਂ, ਕਰੇਲੇ ਔਰ ਹਲਵਾ ਵੀ ਆਇਆ ਹੋਇਆ ਹੈਗਾ, ਕਾਫੀ ਸਾਰਾ ਪੱਕਿਆ ਹੋਇਆ ਔਰ ਸਬਜ਼ੀਆਂ ਵਗੈਰਾ ਇਸ ਸਾਈਡ 'ਤੇ ਨਾ ਸਬਜ਼ੀਆਂ ਹੈਗੀਆਂ ਤਕਰੀਬਨ ਟੋਟਲ ਹੀ। ਇਹ ਵਾਲੀਆਂ ਗਾਜਰਾਂ ਥੋੜ੍ਹੀਆਂ ਜਿਹੀਆਂ ਨੂੰ ਸਫੈਦ ਰੰਗ ਦੀ ਹੈਗੀਆਂ, ਉਹ ਵਾਲੀਆਂ ਨਾ ਅੱਛੀਆਂ ਹੈਗੀਆਂ, ਪਰ ਗਾਜਰਾਂ ਤਾਂ ਐਡੀ ਮਹਿੰਗੀਆਂ ਹੈਗੀਆਂ, ਉੱਥੇ ਨਾ ਘੱਟ ਹੀ ਵਿਕਣੀਆਂ ਹੈਗੀਆਂ। ਅਤੇ ਸਬਜ਼ੀ ਵਗੈਰਾ ਥੋੜ੍ਹੀ ਥੋੜ੍ਹੀ ਲੈਂਦੇ ਹਾਂ, ਸਬਜ਼ੀ ਨਾ ਜ਼ਿਆਦਾ ਨਹੀਂ ਲੈਂਦੇ ਹਾਂ ਕਿਉਂਕਿ ਨਾ ਸਬਜ਼ੀ ਨਾ ਵਿਕਦੀ ਨਹੀਂ ਹੈਗੀ, ਸਬਜ਼ੀ ਘੱਟ ਹੀ ਨਾ, ਗਰਮੀ ਦਾ ਮੌਸਮ ਹੈਗਾ ਜੀ, ਔਰ ਕੁਛ ਥੋੜ੍ਹੀ ਥੋੜ੍ਹੀ ਨਾ ਦੂਸਰੀਆਂ ਸਬਜ਼ੀਆਂ ਵਗੈਰਾ ਨੂੰ ਲੈਂਦੇ ਹਾਂ। ਮਾਸ਼ਾਅੱਲਾ ਰਕਸ਼ਾ ਬੜਾ ਹੀ ਨਾ ਪਿਆਰਾ ਨਾ ਭਾਈ ਨੇ ਬਣਵਾਇਆ ਹੈਗਾ, ਸ਼ੌਂਕ ਨਾ ਬੜਾ ਖੂਬਸੂਰਤ ਹੈਗਾ ਮਾਸ਼ਾਅੱਲਾ। ਅੱਲਾ ਗੁੰਜਾਇਸ਼ ਦਿੰਦਾ ਨਾ ਤਾਂ ਅਸਾਂ ਵੀ ਰਕਸ਼ਾ ਲੈਣਾ ਸੀ, ਅਤੇ ਕਿਹੜਾ ਹੈਗਾ ਨਾ ਸੌਦਾ ਸੁੱਦਾ ਨਾ ਰੱਖੇ ਦੇ ਵੀ ਲੈ ਜਾਂਦਾ ਅਤੇ ਬੰਦਾ ਚੱਲਣਾ, ਫੇਰੀ ਵੀ ਲਾ ਲੈਂਦਾ ਕਿਉਂਕਿ ਨਾ ਸਵਾਰੀ ਵਗੈਰਾ ਕਾਫੀ ਸਾਰੀਆਂ ਨਾ ਸਾਡੇ ਕੋਲ ਪਿੰਡਾਂ ਥਾਵਾਂ 'ਤੇ। ਤਕਰੀਬਨ ਸ਼ਹਿਰ ਜਾਂਦਿਆਂ ਵਕਤ ਨਾ 50 ਰੁਪਈਆ ਨਾ ਸਾਡੇ ਘਰ ਤੋਂ ਗਾਂ ਜਾਂ 60 ਰੁਪਈਆ ਲੈ ਲੈਂਦੇ ਰਕਸ਼ਾ ਕਿਸ਼ਤਾਂ 'ਤੇ ਨਾ, ਦਿਲ ਹੈਗੀ ਘਟਾਉਣ ਵਾਸਤੇ ਕਿਉਂਕਿ ਨਾ ਕਿਹੜਾ ਮੰਡੀ ਤੋਂ ਨਾ ਸੌਦਾ ਲੈਣਾ ਹੈਗਾ ਨਾ, ਉਹ ਬੰਦਾ ਜਾ ਕੇ ਆਪਣੇ ਨਾ ਇਹ ਦਸਤੀ ਨਾ ਚੱਕ ਕੇ ਨਾ ਲੈ ਲੈਂਦਾ ਹੈਗਾ, ਕਿਹੜਾ ਜੇ ਜ਼ਿਆਦਾ ਮੋਟਰਸਾਈਕਲ ਨਾਲ ਇੱਥੇ ਬਿਹਤਰ ਹੈਗਾ, ਰਕਸ਼ੇ 'ਤੇ ਬੰਦਾ ਲੈ ਕੇ ਨਾ ਚਲਾ ਜਾਂਦਾ ਹੈਗਾ, ਨਾਲੇ ਕੋਈ ਨਾ ਕੋਈ ਤੰਦੂਰ ਕਿਹੜਾ ਹੈਗਾ ਨਾ ਸਫ਼ਰ 'ਚ ਦੇਣਾ ਹੋਵੇ ਉਹ ਬੰਦਾ ਦੇ ਲੈਂਦਾ ਹੈਗਾ। ਪਰ ਲਵਾਂਗੇ ਇਨਸ਼ਾਅੱਲਾ ਤਾਲਾ, ਆਸਤਾ ਆਸਤਾ ਅੱਲਾ ਹਿੰਮਤ ਦੇਵੇਗਾ ਨਾ, ਪਹਿਲੇ ਘਰ ਦੀ ਥੋੜ੍ਹੀ ਸੈਟਿੰਗ ਕਰਕੇ ਨਾ। ਰਕਸ਼ਾ ਦੇ ਲਈ ਖਵਾਹਿਸ਼ ਹੈਗੀ ਵੀ ਨਾ ਰਕਸ਼ਾ ਵੀ ਨਾ ਲੈਣਾ ਹੈਗਾ, ਕਿਉਂਕਿ ਨਾ ਫਿਰ ਮੋਟਰਸਾਈਕਲ 'ਤੇ ਇਹਨਾਂ ਨੇ ਖੁਦ ਹੀ ਲੱਦ ਕੇ ਰਕਸ਼ਾ ਮਾਰੀ ਕੇਕ 'ਤੇ ਆ ਗਿਆ ਸਿੱਧਾ, ਕੋਈ ਸਬਜ਼ੀ ਲੈ ਗਿਆ ਅਤੇ ਹੋਰ ਤੰਦੂਰ ਵਗੈਰਾ ਕਿਹੜਾ ਦੇਣਾ ਹੁੰਦਾ ਸਫ਼ਰ 'ਤੇ ਉਹ ਵਾਲਾ ਦੇਣਾ, ਤੰਦੂਰ ਵੀ ਦੇ ਆ। ਹਾਂਜੀ, ਅਤੇ ਮਾਸ਼ਾਅੱਲਾ ਖੈਰ ਸਲਾਮਤੀ ਮੈਂ ਘਰੇ ਪਹੁੰਚਿਆ ਔਰ ਬੇਗਮ ਸਾਹਿਬਾ ਨੇ ਸ਼ੋਪ ਵਗੈਰਾ ਖੋਲ੍ਹ ਕੇ ਬੈਠੀ ਹੋਈ ਸੀ ਅਤੇ ਕਾਫੀ ਸਾਰਾ ਸਮਾਨ ਨਾ ਇਹ ਵਾਲੀ ਅੰਬ ਦੀ ਪੇਟੀ ਵੀ ਇੱਕ ਲੈਂਦੀ ਸੀ, ਨਾਲ ਕੇਲੇ ਵੀ ਨਾਲ, ਅੰਬ ਇੱਦੇ ਵੀ ਲੈਂਦੇ ਨਾਲ ਨਾ, ਪਿਆਜ਼ ਵਗੈਰਾ ਨਾਲ, ਆਲੂ ਛੱਲ ਨਾਲ ਸਬਜ਼ੀ ਲੈਂਦੇ। ਪਹਿਲੇ ਇੱਦੂ ਚੱਕ ਲਓ ਆਰਾਮ ਨਾਲ, ਮੈਂ ਚੱਕ ਲੈਂਦਾ ਨੀਚੇ ਕਹਿੰਦੀ ਤਾਂ। ਸੇਬ ਵਗੈਰਾ ਕਿਹੜੇ ਹੈਗੇ ਨਾ ਸਾਰੇ ਲਾਹ ਲੈਂਦੇ ਹਾਂ, ਸੌਦਾ ਲਾਹ ਕੇ ਅਤੇ ਫਿਰ ਨਾ ਯਾ ਬਿਸਮਿਲਲਾਹ ਇੱਥੇ ਕਰ ਮੰਜੀ ਦੇ ਉੱਤੇ ਰੱਖ ਦਿੰਦੇ ਚਾਰ ਪਾਈ ਕੇ, ਦੂਸਰਾ ਫਿਰ ਸਮਾਨ ਵਗੈਰਾ ਆਸਤਾ ਆਸਤਾ ਜੋੜ ਲਾ, ਕੀ ਲੈਣਾ ਮੈਂ ਦਿੰਦਾ। ਹਾਂਜੀ, ਅਤੇ ਪਿਆਜ਼ ਕਿਹੜਾ ਹੈਗਾ ਨਾ ਬਾਹਰ ਕੱਢ ਦਿੱਤਾ ਹੈਗਾ ਜੋੜ 'ਤੇ, ਔਰ ਅੰਬ ਵੀ ਅਗਲੀ ਸਾਈਡ 'ਤੇ ਲਗਾ ਦਿੱਤੇ ਹੈਗੇ, ਔਰ ਕੇਲਾ ਕਿਹੜਾ ਹੈਗਾ ਨਾ ਥੋੜ੍ਹੀ ਧੋਪੇ ਇਸ ਜਗ੍ਹਾ 'ਤੇ ਨਾ ਕੇਲਾ ਵੀ ਲਾ ਦੇਣਾ, ਦੂਸਰਾ ਆਰਾਮ ਨਾਲ ਕੱਟ, ਔਰ ਆਲੂਆਂ ਨੂੰ ਕਿਹੜਾ ਹੈਗਾ ਨਾ ਧੋ ਕੇ ਰੱਖਾਂਗੇ ਕਿਉਂਕਿ ਥੋੜ੍ਹੀ ਮੱਟੀ ਵਗੈਰਾ ਲੱਗੀ ਉਹਨਾਂ ਦੇ ਉੱਤੇ ਧੋਵਾਂਗੇ ਨਾ, ਔਰ ਸਭ ਤੋਂ ਪਹਿਲੇ ਤਾਂ ਤੁਹਾਨੂੰ ਯਾਦ ਆ ਗਿਆ ਮੈਨੂੰ ਵੀ ਇਹ ਹਾਲ ਨਾ ਪੁਦੀਨੇ ਦੀ ਲੈਂਦੀਆਂ ਦੋ ਇੱਕ ਲੜੀਆਂ ਨਾ, ਇਹ ਨਾ ਵਿੱਚ ਸੌਂਫ ਅਤੇ ਇਲਾਚੀ ਅਤੇ ਔਰ ਕਾਲੀ ਮਿਰਚ ਇਹ ਵਾਲੀਆਂ ਨਾ ਕਾਹਵਾ ਬਣਾ ਕੇ ਨਾ ਤੁਸੀਂ ਪਰੀ ਨੂੰ ਦਿਓ ਅਤੇ ਇਹਦੇ ਨਾਲ ਤੁਸੀਂ ਆਪ ਹੀ ਲੈ ਲੈਣਾ, ਕਿਉਂਕਿ ਮੌਸਮ ਦੀ ਚੇਂਜ ਨਾਲ ਨਾ ਸਿਸਟਰ ਨੇ ਇੱਕ ਨਾ ਮਸ਼ਵਰਾ ਸਾਨੂੰ ਦਿੱਤਾ ਹੈਗਾ ਵੀ ਇਹ ਨਾ ਤੁਸੀਂ ਪੀਣਾ ਹੈਗਾ ਅਤੇ ਬਿਲਕੁਲ ਨਾ ਸਿਹਤ ਠੀਕ ਹੋ, ਇਹਨੂੰ ਨਾ ਬਣਾ ਲਓ ਕਾਹਵਾ। ਸੌਦਾ ਕਿਹੜਾ ਹੈ ਨਾ ਜੋੜ ਲਿਆ ਤਾਂ ਔਰ ਕਬੂਤਰਾਂ ਨੂੰ ਨਾ ਮੈਂ ਗੱਡਣ ਵਾਸਤੇ ਆ ਗਿਆ, ਆਜੋ 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 ਆਜੋ।
ਆਜੋ 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 ਸਾਰੇ ਬਈ ਆਜੋ 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 ਕਿਉਂਕਿ ਨਾ ਮੈਂ ਫਿਰ ਨਾ ਮੰਡੀ ਤੋਂ ਆ ਕੇ ਨਾ ਕਰਦਾ ਅੱਗੇ ਤਾਂ ਪਹਿਲਾਂ ਤਾਂ ਕੱਢ ਦਿੰਦਾ ਸੀ ਅਤੇ ਅਸਲ 'ਤੇ ਫਿਰ ਮੰਡੀ ਜਾਣਾ ਹੁੰਦਾ ਤਾਂ ਕਰਕੇ ਨਾ ਲੇਟ ਇਹਨੂੰ ਕੱਢਣਾ ਹੁੰਦਾ ਹੈਗਾ ਆਜੋ 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 ਸਾਰੇ ਹੀ ਔਰ ਸਾਰੇ ਹੀ ਨਾ ਬਾਹਰ ਨਿਕਲ ਆਏ ਪਾਣੀ ਦਾਣਾ ਨੇ ਇਹਨਾਂ ਰੱਖ ਦਿੱਤਾ ਹੈਗਾ ਪਾਣੀ ਪਾਇਆ ਹੈਗਾ ਪਾਣੀ ਪੀ ਰਹੇ ਹੈਗੇ ਪਹਿਲੇ ਉਹ ਨੱਸ ਕੇ ਆ ਗਿਆ ਵਾਲਾ ਹੁਣ ਆਪੋ ਆਪ ਨੇ ਨੱਸ ਜਾਵਣਗੇ ਕੋਈ ਇੱਧਰ ਚੁੱਗਣਗੇ ਕੋਈ ਇੱਧਰ ਚੁੱਗਣਗੇ ਔਰ ਬੱਦਲ ਵਗੈਰਾ ਬਣੇ ਹੋਏ ਕਿ ਅੱਲਾ ਕਰੇ ਬਾਰਿਸ਼ ਆ ਜਾਵੇ ਨਾ ਅਤੇ ਫਿਰ ਠੰਡਾ ਮੌਸਮ ਬਣ ਜਾਣਾ ਹੈਗਾ ਔਰ ਸਾਰੇ ਬਾਹਰ ਆ ਗਏ ਛੋਟੇ ਛੋਟੇ ਬੱਚੇ ਹੈਗੇ ਨਾ ਮੈਂ ਤਾਂ ਕਰਕੇ ਫਿਰ ਤਾਜ਼ਾ ਪਾਣੀ ਪਾਉਂਦਾ ਇੱਥੇ ਦਾਣਾ ਪਾਣੀ ਤਾਜ਼ਾ ਕਰਤੀ ਰੱਖਣਾ ਲਾਜ਼ੇ ਲਾਜ਼ੇ ਨਾ ਸੌਦਾ ਕਿਹੜਾ ਨਾ ਜੋੜਤਾ ਸੀ ਮਾਸ਼ਾਅੱਲਾ ਸੁਬਹਾ ਸੁਬਹਾ ਵਿਕ ਵੀ ਕਾਫੀ ਸਾਰਾ ਸ਼ੁਕਰ ਅਲਹਮਦੁਲਿਲਾ ਗਿਆ ਹੈਗਾ ਔਰ ਕਿਹੜਾ ਹੈਗਾ ਨਾ ਤੰਦੂਰਾਂ ਨੂੰ ਨਾ ਮੂੰਗਾ ਫਿਰ ਨਾ ਫੇਰਨ ਵਾਲਾ ਹੋਇਆ ਖੁੱਤਾ ਕਿਉਂਕਿ ਨਾ ਧੁੱਪ ਕਿਹੜੀ ਹੈਗੀ ਨਾ ਆ ਗਈ ਹੈਗੀ ਤਾਂ ਔਰ ਕੁਛ ਥੋੜ੍ਹਾ ਜਿਹਾ ਨਾ ਸੁੱਕਾ ਸੁੱਕਾ ਹੀ ਹੋਇਆ ਪਿਆ ਹੈਗਾ ਉਹਨਾਂ ਨੂੰ ਫਿਰਨੇ ਔਰ ਫੈਸਲ ਭਾਈ ਵੀ ਨਾ ਆ ਜਾਂਦਾ ਇੱਥੇ ਨਾ ਮਿੱਟੀ ਸੱਟ ਰਿਹਾ ਹੈਗਾ ਸਾਹ ਸੂਹ ਕੱਢ ਰਿਹਾ ਪਾਣੀ ਸ਼ਾਨੀ ਪੀਤਾ ਰੱਖਿਆ ਕਰ ਪਸੀਨਾ ਤਾਂ ਫਿਰ ਹੈਗਾ ਔਰ ਕਿਹੜੇ ਹੈਗੇ ਨਾ ਕੇਲੇ ਵਗੈਰਾ ਨਾ ਅਗਲੀ ਸਾਈਡ 'ਤੇ ਜੋੜ ਦਿੱਤੇ ਸੀ ਨਾਲ ਕੇਲੇ ਇਸ ਸਾਈਡ 'ਤੇ ਜੋੜੇ ਸੀ ਔਰ ਨਾਲ ਪਿਆਜ਼ ਇੱਥੇ ਅਤੇ ਨਾਲ ਹੀ ਨਾ ਆਲੂ ਵਗੈਰਾ ਨਾ ਇੱਥੇ ਜੋੜ ਦਿੱਤੇ ਹੈਗੇ ਨਾਲ ਜ਼ਹੀਰ ਭਾਈ ਵੀ ਆਪਣਾ ਕੰਮ ਕਰ ਰਿਹਾ ਮਿਸਤਰੀ ਭਾਈ ਉੱਤੇ ਉੱਦਣ ਇਜਾਜ਼ ਭਾਈ ਦਾ ਬਾਹਰਲਾ ਕੰਮ ਹੋ ਗਿਆ ਸੀ ਅੰਦਰ ਨਾ ਕਿਹੜਾ ਹੈਗਾ ਨਾ ਦੂਸਰਾ ਸ਼ੁਰੂ ਹੋਏਗਾ ਔਰ ਆਲੂ ਅੱਜ ਨਾ ਮਾਸ਼ਾਅੱਲਾ ਬੜੇ ਹੀ ਪਿਆਰੇ ਹੈਗੇ ਮੈਂ ਨਾ ਅੱਗੇ ਥੋੜ੍ਹੇ ਲੈਂਦੇ ਸੀ ਇੱਕ ਨਾ ਸਖਤ ਬਹੁਤ ਹੈਗੇ ਇਹ ਨਾ 3-4 ਦਿਨ ਨਾ ਜ਼ਾਇਆ ਨਹੀਂ ਹੋਵਣਗੇ ਤਾਂ ਕਰਕੇ ਨਾ ਜ਼ਿਆਦਾਤਰ ਨਾ ਲੈਣ ਦੇਣ ਔਰ ਲਾਲ ਸੁਰਖ ਹੈਗੇ ਬਿਲਕੁਲ ਪਿਆਜ਼ਾਂ ਅਤੇ ਆਲੂਆਂ 'ਚ ਫਰਕ ਮਹਿਸੂਸ ਨਹੀਂ ਹੋ ਰਿਹਾ ਹੈਗਾ ਔਰ ਕੇਲੇ ਵੀ ਕਾਫੀ ਸਾਰੇ ਲੈਂਦੇ ਸੀ ਅਤੇ ਉਹ ਵਾਲੇ ਵੀ ਨਾ ਮਾਸ਼ਾਅੱਲਾ ਆਸਤਾ ਆਸਤਾ ਅੱਲਾ ਕਰੇਗਾ ਨਾ ਸੇਲ ਹੋ ਜਾਵੇਗਾ ਸਮਾਨ ਵਗੈਰਾ ਔਰ ਕੁਛ ਸਮਾਨ ਵਗੈਰਾ ਲੈਣਾ ਹੈਗਾ ਦੂਸਰੇ ਦਾ ਕਰਿਆਨੇ ਦਾ ਸੁਬਹਾ ਜਾਂ ਪਰਸੋਂ ਤੱਕ ਨਾ ਸਾਰੇ ਪੈਸੇ ਵਗੈਰਾ ਨਾ ਇਕੱਠੇ ਕਰਕੇ ਨਾ ਅਤੇ ਫਿਰ ਇਹਦਾ ਸਮਾਨ ਵਗੈਰਾ ਲਾਵਾਂਗੇ ਹੋਰ ਵੀ ਹੁਣ ਫਿਰ ਲੈਣਾ ਮੂੰਗਰ ਮੈਂ ਮੂੰਗਰ ਫੇਰ ਕੇ ਤਾਂ ਫਿਰ ਨਾ ਨਹਾ ਧੋ ਕੇ ਫਰੈਸ਼ ਹੋ ਜਾਂਦੇ ਹਾਂ ਕਿਹੜਾ ਹੈਗਾ ਨਾ ਮਾਸ਼ਾਅੱਲਾ ਕਾਫੀ ਸਾਰਾ ਨਾ ਬਣਿਆ ਅੱਲਾ ਕਰੇ ਨਾ ਬਾਰਿਸ਼ ਆ ਜਾਵੇ ਕਿਉਂਕਿ ਬੈਠੇ ਬੈਠੇ ਨਾ ਪਸੀਨੋ ਪਸੀਨੇ ਹੋ ਜਾਂਦੇ ਹਾਂ ਔਰ ਇਹ ਸਾਈਡ ਤੋਂ ਹੈਗਾ ਸਹੀ ਵਾਰ ਵਾਲੀ ਸਾਈਡ ਤੋਂ ਨਾ ਬੱਦਲ ਵਗੈਰਾ ਕਾਫੀ ਸਾਰਾ ਹੈਗਾ ਅੱਲਾ ਕਰੇ ਸੋਹਣਾ ਮਾਲਿਕ ਰਹਿਮਤ ਦੀ ਬਾਰਿਸ਼ ਲੈ ਆਵੇ ਨਾ ਅਤੇ ਠੰਡਾ ਮੌਸਮ ਬਣ ਜਾਣਾ ਹੈਗਾ ਬੜਾ ਪਿਆਰਾ ਪਿਆ ਔਰ ਇੱਥੇ ਨਾ ਧੁੱਪ ਆ ਗਈ ਹੈਗੀ ਮੈਂ ਕੁਛ ਅੰਬ ਕਿਹੜੇ ਹੈਗੇ ਨਾ ਇੱਕ ਤਾਂ ਮਾਸ਼ਾਅੱਲਾ ਪੇਟੀ ਨਾ ਸੇਲ ਹੋ ਗਈ ਸੀ ਔਰ ਦੂਸਰੀ ਅੱਧੀ ਵੀ ਜਿਹੜੀ ਪੇਟੀ ਹੈਗੀ ਨਾ ਇਹ ਲਈ ਨਾ ਤਕਰੀਬਨ ਇੰਨੇ ਕੁ ਨਾ ਰਹਿ ਗਏ ਕਿ ਦੂਸਰੇ ਨਾ ਮਾਸ਼ਾਅੱਲਾ ਸੇਲ ਹੋ ਗਏ ਅੱਲਾ ਕੀਤਾ ਸ਼ੁਕਰ ਆਲ ਔਰ ਕੇਲੇ ਵੀ ਨਾ ਥੋੜ੍ਹੇ ਜਿਹੇ ਬਸ ਨਾ ਰਹਿ ਗਏ ਹੈਗੇ ਬਸ ਅਗਲੀ ਸ਼ਹਿਰ 'ਤੇ ਫਿਰ ਨਾ ਭਾਈ ਦੇਖਣਗੇ ਐਲਨ ਤਕਰੀਬਨ 2-1 ਦਰਜਨਾ ਜਾਂ ਡੇਢ ਕਿ ਨਾ ਰਹਿ ਗਈ ਔਰ ਸ਼ੋਪ ਵੀ ਬੰਦ ਕਰ ਦਿੰਦਾ ਕਿਉਂਕਿ ਹਨੇਰੀ ਇੱਦੋਂ ਨਾ ਫੁੱਲ ਆ ਰਹੀ ਹੈ ਉਹ ਸਾਹਮਣੇ ਵੇਖੋ ਗੱਟਾ ਮਿੱਟੀ ਦਾ ਕਾਫ ਇਹ ਸਾਰਾ ਨਾ ਉੱਡ ਰਿਹਾ ਹੈਗਾ ਇਸ ਸਾਈਡ ਤੋਂ ਅਤੇ ਪਹਿਲੇ ਨਾ ਸ਼ੋਪ ਥੋੜ੍ਹੀ ਬੰਦ ਕਰ ਦਿੰਦੇ ਅੱਲਾ ਕਰੇ ਬਾਰਿਸ਼ ਆ ਜਾਵੇ ਨਾ ਅਤੇ ਫਿਰ ਤਾਂ ਕਿਆ ਹੀ ਬਾਤ ਹੈ ਨਾ ਬੜਾ ਹੀ ਪਿਆਰਾ ਪਿਆਰਾ ਨਾ ਮੌਸਮ ਬਣ ਜਾਣਾ ਅਤੇ ਬੜਾ ਹੀ ਠੰਡਾ ਕਿਉਂਕਿ ਪਸੀਨੇ ਪਸੀਨੀ ਨਾ ਬੰਦਾ ਹੋਇਆ ਰਹਿੰਦਾ ਹੈਗਾ ਅਤੇ ਔਰ ਤੰਦੂਰ ਕਿਹੜੇ ਹੈਗੇ ਨਾ ਮੈਂ ਉਹਨਾਂ ਨੂੰ ਇੱਕ ਵਾਰੀ ਹੋਰ ਮੂੰਗਰ ਵੱਗੇਗਾ 2-3 ਵਾਰੀ ਨਾ ਫੇਰ ਲਿਆਗਾ ਮੈਂ ਉਹਨਾਂ ਨੂੰ ਮੂੰਗਰ ਫੇਰਨੇ ਆ ਅਤੇ ਉਸ ਤੋਂ ਬਾਅਦ ਇਹ 'ਚ ਨਾ ਇਹਨਾਂ 'ਤੇ ਛਾਪਰ ਵਗੈਰਾ ਪਾਉਂਦੇ ਹਾਂ ਅਤੇ ਹਵਾ ਮਾਸ਼ਾਅੱਲਾ ਸਪੀਡ ਨਾਲ ਗੋਲ ਪੀ ਹੈਗੀ ਇਹ ਸਾਈਡ ਤੋਂ ਨਾ ਹਵਾ 'ਚ ਕਾਫੀ ਸਾਰੀ ਨਾ ਸਪੀਡ ਨਾਲ ਮਾਸ਼ਾਅੱਲਾ ਖੁਸ਼ਬੂ ਤਾਂ ਨਾ ਬਾਰਿਸ਼ ਵਾਲੀ ਹੈਗੀ ਅੱਲਾ ਕਰੇ ਬਾਰਿਸ਼ ਆ ਜਾਵੇ ਸਭ ਤਰ ਜੋਰ ਮੂੰਗਰ ਮਾਰ ਰਹੇ ਤੋਰ ਆਖਰੀ ਮੂੰਗਰ ਰਹੇ ਹੁਣ ਮੁਕੰਮਲ ਹੋ ਗਿਆ ਇਹ ਜਿਹੜਾ ਨਾ ਮੌਸਮ ਮਾਸ਼ਾਅੱਲਾ ਬਹੁਤ ਹੀ ਪਿਆਰਾ ਬਣ ਗਿਆ ਰਿਆਇਤੀ ਮੌਸਮ ਜਿਹੜਾ ਨਾ ਮੂੰਗਰ ਕਿਹੜਾ ਹੈਗਾ ਨਾ ਆਖਰੀ ਹੈਗਾ ਤੇ ਮੌਸਮ ਬੜਾ ਪਿਆਰਾ ਮੈਂ ਹੁਣ ਮਾਰਨਾ ਨਹੀਂ ਸੀ ਗਰਮੀ ਇਤਰੀ ਕਹਿ ਗਈ ਸੀ ਤੇ ਦਿਲ ਨਹੀਂ ਕਰਦਾ ਸੀ ਮਾਰਨ ਦਾ
ਠੰਡਾ ਮੌਸਮ ਹੋਇਆ ਤੇ ਮੇਰਾ ਹੀ ਦਿਲ ਕੀਤਾ ਇੱਕ ਵਾਰੀ ਨਾ ਮੁੰਗਾ ਫੇਰ ਮਾਰ ਲਵਾਂ। ਬਸ ਇਹਨਾਂ ਨੂੰ ਮੁੰਗਾ ਮਾਰ ਕੇ ਫੇਰ ਨਾ ਛਾਪਰ ਦੇ ਵਿੱਚ ਕੱਟ ਦਿੱਤੇ। ਹਾਂਜੀ ਆ ਤਾਂ ਗਰਮੀ ਬਹੁਤ ਸੀ ਤੇ ਉਂਝ ਥੋੜੀ ਬਹੁਤੀ ਵਾਹ ਖੁੱਲੀ ਰਹੀ ਪਰ ਮੋੜ ਜਿਹੜੀ ਨਾ ਬਸ ਜੀ ਬਸ ਜੀ ਬਣੀ ਰਹੀ ਤੇ ਬਾਹਰ ਹੁਣ ਜਿਹੜੀ ਨਾ ਬੜਾ ਹੀ ਪਿਆਰਾ ਮੌਸਮ ਬਣ ਗਿਆ। ਹਾਂਜੀ ਠੰਡਾ ਮੌਸਮ ਹੋ ਗਿਆ ਇਹਨੂੰ ਮਾਰ ਲਿਆ ਔਰ ਇਹ ਤਿਰਪਾਲ ਵਗੈਰਾ ਨਾ ਕਿਹੜੀ ਦੇ ਦਿੱਤੀ ਹਲਕੀਆਂ ਹਲਕੀਆਂ ਨਾ ਕੰਨੀਆਂ ਕਿਹੜੀ ਹੈਗੀਆਂ ਨਾ ਪੈ ਰਹੀਆਂ ਹੈਗੀਆਂ ਬਿਲਕੁਲ ਛੋਟੀ ਛੋਟੀ ਨਾ ਬੱਦਲ ਵਗੈਰਾ ਮਾਸ਼ਾਅੱਲਾ ਕਾਫੀ ਸਾਰਾ ਬਣਿਆ ਹੋਇਆ ਹੈਗਾ। ਅੱਲਾ ਕਰੇ ਬਾਰਿਸ਼ ਆ ਜਾਊ ਉਹਨਾਂ 'ਤੇ ਨਾ ਕਿਹੜਾ ਹੈਗਾ ਨਾ ਕਾਜੀ ਦਿੱਤੇ ਹੈਗੇ ਸਾਰੇ ਟੋਟਲੀ ਔਰ ਬੇਗਮ ਸਭਾ ਅਤੇ ਪਰੇ ਵੀ ਮਾਸ਼ਾਅੱਲਾ ਅੱਗੇ ਨਾ ਕਾਫੀ ਸਾਰੇ ਨਾ ਅੱਜ ਕੁਛ ਤਬੀਅਤ ਇਹਦੀ ਨਾ ਠੀਕ ਹੈਗੀ। ਸ਼ੁਕਰ ਅਲਹਮਦੁਲਿਲਾ ਅੱਲਾ ਦਾ ਸ਼ੁਕਰ ਕਰਨੇ ਹਾਂ ਵੀ ਕਿਹੜਾ ਨਾ ਅੱਗੇ ਨਾ ਤਬੀਅਤ ਕਾਫੀ ਸਾਰੇ ਨਾ ਠੀਕ ਹੈਗੀ ਅਤੇ ਕਾਫੀ ਸਾਰੇ ਨਾ ਕਮੈਂਟ ਆਏ ਹੋਏ ਸੀ ਭਾਈਆਂ ਭੈਣਾਂ ਦੇ ਮੋਟਰ ਦੇ ਬਾਰੇ ਅਤੇ ਔਰ ਘਰ ਦੇ ਬਾਰੇ 'ਚ। ਮੈਂ ਘਰ ਜਾ ਕੇ ਨਾ ਵੀਡੀਓ ਬਣਾ ਜਾਂਦੇ ਹਾਂ ਅਤੇ ਕਿਹੜੇ ਕਿਹੜੇ ਨਾ ਮਾਸ਼ਾਅੱਲਾ ਉਸਤਾਦ ਆਬਿਦ ਦੇ ਬਾਰੇ ਵੀ ਨਾ ਕਾਫੀ ਸਾਰੇ ਆਏ ਹੋਏ ਸੀ ਅਤੇ ਕਿਉਂਕਿ ਨਾ ਆਬਿਦ ਬਾਈ ਨੇ ਨਾ ਬਹੁਤ ਅੱਛਾ ਮਸ਼ਵਰਾ ਦਿੱਤਾ ਹੈਗਾ ਉਸਤਾਦ ਆਬਿਦ ਉਹ ਬੈਠਾ ਹੋਇਆ ਹੈਗਾ ਨਾਲ ਨਾ ਕੰਮ ਕਰ ਰਿਹਾ ਹੈਗਾ ਔਰ ਉਸਤਾਦ ਆਬਿਦ ਹੀ ਬੈਠਾ ਹੈਗਾ। ਕਾਫੀ ਸਾਰੇ ਮਾਸ਼ਾਅੱਲਾ ਨਾ ਆਬਿਦ ਬਾਰੇ ਆਬਿਦ ਬਾਈ ਦੇ ਬਾਰੇ ਨਾ ਕਮੈਂਟ ਆਇਆ ਹੈਗਾ ਸੀ ਬਾਈ ਨਾ ਬਹੁਤ ਅੱਛਾ ਮਸ਼ਵਰਾ ਉਸਤਾਦ ਜੀ ਬਹੁਤ ਅੱਛਾ ਮਸ਼ਵਰਾ ਦਿੱਤਾ ਕਾਫੀ ਸਾਰੀ ਤੁਹਾਡੀ ਤਾਰੀਫ ਹੋਈ ਹੈਗੀ ਕਾਫੀ ਜ਼ਿਆਦਾ ਕਿਉਂਕਿ ਨਾ ਬਾਈ ਆਬਿਦ ਬਾਈ ਨੇ ਅੱਛਾ ਮਸ਼ਵਰਾ ਦਿੱਤਾ ਸੀ ਮੋਟਰ ਤੁਸੀਂ ਉੱਥੇ ਲਵਾਉਣੀ ਹੈਗੀ ਅਤੇ ਆਪਾਂ ਉਵੇਂ ਹੀ ਲਵਾਵਾਂਗੇ ਮਿਸਤਰੀ ਬਾਈ ਨਾਲ ਨਾ ਕਿਸੇ ਨਾਲ ਗੱਲ ਕਰ ਅਤੇ ਤਕਰੀਬਨ 8 ਤੋਂ 9 ਕਮੈਂਟ ਤੇਰੇ ਹੈਗੇ ਸੀ ਵੀ ਆਬਿਦ ਬਾਈ ਨੇ ਅੱਛਾ ਮਸ਼ਵਰਾ ਦਿੱਤਾ ਆਬਿਦ ਕਿਵੇਂ ਕਹਿ ਰਹੇ ਉਵੇਂ ਹੀ ਨਾ ਮੋਟਰ ਤੁਸੀਂ ਲਵਾਓ ਅਤੇ ਆਪਾਂ ਉਵੇਂ ਹੀ ਮੋਟਰ ਲਵਾਵਾਂਗੇ ਕਿਵੇਂ ਤੁਸਾਂ ਕਿਹਾ ਹੈਗਾ ਅਤੇ ਔਰ ਪਰ ਵੀ ਮਾਸ਼ਾਅੱਲਾ ਠੀਕ ਹੈਗੀ ਬੇਗਮ ਸਾਹਿਬਾਂ ਦੀ ਕੁਛ ਤਬੀਅਤ ਨਾ ਅੱਗੇ ਨਾ ਬਿਹਤਰ ਹੈਗੀ ਅਤੇ ਮੈਂ ਵੀ ਚੱਲ ਕੇ ਸਾਰੀ ਦਿਹਾੜੀ ਨਾ ਬਾਈਆਂ ਭੈਣਾਂ ਨੂੰ ਘਰ ਤੋਂ ਵਿਜ਼ਿਟ ਕਰਾਇਆ ਨਹੀਂ ਆ ਚੱਲ ਕੇ ਨਾ ਘਰ ਚੱਲ ਕੇ ਔਰ ਕਬੂਤਰਾਂ ਨੂੰ ਦਾਣਾ ਪਾਣੀ ਪਾਉਣਾ ਸੀ ਦਾਣਾ ਕੁਛ ਥੋੜ੍ਹਾ ਜਿਹਾ ਨਾ ਪਾਇਆ ਹੈਗਾ ਸਾਰੇ ਨਾ ਚੋਗਰੇ ਹੈਗੇ ਰਾਜੂ ਹੀ ਆ ਗਏ ਸੀ ਨਾਲ ਤੈਨੂੰ ਚੂਚੇ ਔਰ ਦਾਣੇ ਨਾ ਹੋਰ ਪਾ ਦਿੰਦੇ ਇਹਨਾਂ ਨੂੰ ਪਾਣੀ ਤਾਂ ਮੈਂ ਪਾ ਗਿਆ ਅੱਗੇ ਦਾਣੇ ਨਾ ਰਹਿ ਗਏ ਸੀ ਆ ਜਾਓ 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 ਤੂੰ ਫਿਰ ਨਾ ਮੁਰਗੇ ਨੇ ਇੱਥੋਂ ਚੁੱਕਦੇ ਹੈਗੇ ਰਾਜੂ ਵੀ ਤੋਂ ਬੱਚਾ ਵੀ ਹੋਰ ਨਾ ਔਰ ਇਹ ਤਾਂ ਆਪਣੀ ਨਾ ਸਪੀਟ ਮਾਰ ਰਹੇ ਹੈਗੇ ਆ ਸੈਰ ਤੋਂ ਨਾ ਹੈ ਨਾ ਗੰਦਾ ਇਹ ਨਾ ਚਰੀ ਦਾ ਹੈਗਾ ਥੋੜ੍ਹਾ ਥੋੜ੍ਹਾ ਨਾ ਬੀਜ ਬੱਚਿਆਂ ਨੇ ਕਿਧਰੇ ਨੇ ਸੁੱਟਿਆ ਹੈਗਾ ਉਹ ਵਾਲਾ ਬੜੀ ਸ਼ੌਂਕ ਨਾਲ ਇਹਨਾਂ ਚੁੱਕਦੇ ਹੈਗੇ ਕਿਉਂਕਿ ਨਾ ਇਹਨਾਂ ਦੇ ਅਲੱਗ ਅਲੱਗ ਕੁਆਲਿਟੀ ਦੀਆਂ ਦਾਣੇ ਇਹ ਵੀ ਖਾਂਦੇ ਹੈਗੇ ਪਰ ਜਿਤਰੀ ਗੁੰਜਾਇਸ਼ ਉਤਰਾ ਕਿ ਮੈਂ ਇਹਨਾਂ ਨੂੰ ਨਾ ਦਾਣਾ ਪਾਣੀ ਅੱਛਾ ਪਾਉਣਾ ਗੰਦਮ ਕਿਹੜੀ ਹੈਗੀ ਨਾ ਉਹ ਵਾਲੀ ਨਾ ਇਹਨਾਂ ਨੂੰ ਮੈਂ ਪਾਉਣਾ ਅਤੇ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ 8 ਟਾਈਮ ਨਾਲ ਫਿਰ ਨਾ ਚੋਗਾਂ ਦਿੱਤੀ ਰੱਖਦੇ ਹੈਗੇ ਹੈ ਓਹੋ ਉੱਡ ਰਹੇ ਹੈਗੇ ਔਰ ਕਾਫੀ ਸਾਰੇ ਨਾ ਕਮੈਂਟ ਆਏ ਹੈਗੇ ਸੀ ਬਾਈ ਆਬਿਦ ਬਾਈ ਨੇ ਤੁਹਾਨੂੰ ਮਸ਼ਵਰਾ ਠੀਕ ਦਿੱਤਾ ਹੈ ਨਲਕਾ ਤੁਸੀਂ ਕਿਹੜਾ ਹੈਗਾ ਨਾ ਅੰਦਰ ਲਗਾ ਲਓ ਅਤੇ ਮੋਟਰ ਨਾ ਇਸੇ ਬੋਰ ਦੇ ਵਿੱਚ ਨਾ ਤੁਸੀਂ ਇੱਥੋਂ ਨਾ ਦੀਵਾਰ ਦੇ ਸੁਰਾਹ ਕਰਕੇ ਇੰਨੀ ਉੱਚੀ ਕਿਹੜੀ ਹੈਗੀ ਨਾ ਲਵਾ ਦੇਵਾਂਗੇ ਅੰਦਰਲੀ ਸਾਈਡ 'ਤੇ ਕਿਉਂਕਿ ਇਹ ਇਸ ਕਿ ਅਸੀਂ ਫਰਸ਼ ਦੀ ਹੈਗੇ ਨਾ ਇਸ ਦੇ ਨਾਲ ਨਾ ਤਕਰੀਬਨ ਇਸ ਦੇ ਨਾਲ ਉੱਚੀ ਕਰਕੇ ਨਾ ਮੋਟਰ ਲਵਾਵਾਂਗੇ। ਕਾਫੀ ਸਾਰੇ ਨਾ ਬਾਈਆਂ ਭੈਣਾਂ ਦੇ ਕਮੈਂਟ ਆਏ ਹੈਗੇ ਸੀ ਵੀ ਤਕਰੀਬਨ ਇਸ ਜਗ੍ਹਾ 'ਤੇ ਨਾ ਸੁਰਾਖ ਨਿਕਲ ਆਉਣਾ ਹੈਗਾ ਅੰਦਰਲੇ ਸਾਈਡ 'ਤੇ ਵੀ ਅੱਧੀ ਮੋਟਰ ਅੰਦਰ ਚਲੀ ਜਾਵੇਗੀ ਤਾਂ ਅੱਧੀ ਨਾ ਬਾਹਰ ਆ ਜਾਵੇਗੀ ਇੱਥੇ ਬੇਸਣ ਲੱਗ ਜਾਵੇਗਾ ਤਾਂ ਇਹ ਆਲਾ ਨਾ ਤਕਰੀਬਨ ਸਾਰਾ ਹੀ ਨਾ ਇੱਥੇ ਤੁਕਣਾ ਨਲਕੇ ਵਾਲਾ ਕਿਹੜਾ ਹੈਗਾ ਨਾ ਇੱਥੇ ਤੁਕਣਾ ਸਾਰਾ ਨਾ ਖਾਡਾ ਬਣਾ ਦੇਵਾਂਗੇ ਇਹਦੇ ਨਾਲ ਹੀ ਕਰਕੇ ਨਾ ਰਿਹਾ ਤਾਂ ਉੱਥੇ ਛੋਟੀ ਦੀਵਾਰ ਬਣਾ ਕੇ ਨਾ ਬਰਤਨ ਵਗੈਰਾ ਸਾਈਡ 'ਤੇ ਧੋ ਲਏ ਔਰ ਕੱਪੜੇ ਸਾਈਡ 'ਤੇ ਧੋ ਲਏ ਕਿਉਂਕਿ ਨਾ ਵਾਸ਼ਰੂਮ ਦੇ ਵਿੱਚ ਨਾਲ ਨਾ ਜਗ੍ਹਾ ਬਚ ਜਾਂਦੀ ਹੈਗੀ ਅਤੇ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ ਅੱਲਾ ਪਾਕ ਦੇ ਨਾ ਪਿਆਰੇ ਨੇਕ ਬੰਦਿਆਂ ਦੇ ਜਿਹੜੇ ਸਾਨੂੰ ਇਤਰੇ ਪਿਆਰੇ ਮਾਸ਼ਾਅੱਲਾ ਮਸ਼ਵਰੇ ਦਿੰਦੇ ਇਤਰਾ ਪਿਆਰਾ
ਸਾਡੇ ਵਾਸਤੇ ਸੋਚਿਆ ਵੀ ਇਹਨੇ ਮਾਸ਼ਾਅੱਲਾ। ਔਰ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਅੱਲਾਹ ਪਾਕ ਦੇ ਪਿਆਰੇ ਨੇਕ ਬੰਦਿਆਂ ਦਾ, ਸੋਹਣਾ ਮਾਲਕ ਉਹਨਾਂ 'ਤੇ ਰਹਿਮਤ ਕਰੇ ਜਿਹੜੇ ਸਾਡੀ ਹੈਲਪ ਕੀਤੀ, ਇਤਰੀ ਪਿਆਰੀ ਮਾਸ਼ਾਅੱਲਾ ਸਾਡੇ ਘਰ ਬਣਾਏ ਨੇ, ਸਾਡੀ ਜਗ੍ਹਾ ਮਾਸ਼ਾਅੱਲਾ ਬਣਾਈ ਇਹਨੇ। ਅੱਲਾਹ ਉਹਨਾਂ ਦੀ ਜ਼ਿੰਦਗੀ ਕਰੇ ਔਰ ਉਹਨਾਂ ਦੇ ਕਾਰੋਬਾਰ 'ਚ ਬਰਕਤਾਂ ਪਾਵੇ। ਮੇਰੀ ਸਿਸਟਰ ਬਹੁਤ ਅੱਛੀ ਹੈਗੀ ਮਾਸ਼ਾਅੱਲਾ, ਸਾਡਾ ਇਸ ਕੰਮ ਕਮਰੇ ਦਾ ਨਾ ਕੰਮ ਰੁਕਿਆ ਹੋਇਆ ਸੀ, ਮਾਸ਼ਾਅੱਲਾ ਸਾਡੀ ਉਹਨੇ ਹੈਲਪ ਕੀਤੀ ਸੀ। ਅੱਲਾਹ ਪਾਕ ਉਹਦੀ ਜ਼ਿੰਦਗੀ ਕਰੇ, ਕਿਉਂਕਿ ਉਹਨੇ ਨਾ ਕਿਹੜੀ ਦੁਕਾਨ ਦੇ ਵਿੱਚ ਨਾ ਫਰੀਜ਼ਰ ਪਿਆ ਹੈਗਾ ਨਾ, ਉਹਨੇ ਮਾਸ਼ਾਅੱਲਾ ਅੱਲਾਹ ਪਾਕ ਉਸ ਨੇਕ ਬੰਦੇ ਨੇ ਲੈ ਕੇ ਦਿੱਤਾ ਸੀ। ਬਹੁਤ ਅੱਛੀ ਸਿਸਟਰ ਹੈਗੀ, ਅੱਲਾਹ ਪਾਕ ਉਹਦੀ ਜ਼ਿੰਦਗੀ ਕਰੇ। ਉਸੇ ਨੇ ਨਾ ਸਾਡੀ ਉਸ ਫਰਿੱਜ ਵੀ ਲੈ ਕੇ ਦਿੱਤੀ ਸੀ, ਔਰ ਇਸ ਕਮਰੇ ਵਾਸਤੇ ਪੈਸੇ ਭੇਜੇ ਸੀ, ਕਿਹੜਾ ਕਮਰਾ ਨਾ ਸਾਡਾ ਹੁਣ ਮਾਸ਼ਾਅੱਲਾ ਮੁਕੰਮਲ ਹੈ। ਮੋਟਰਸਾਈਕਲ ਨਾ ਬਾਹਰ ਰੱਖਣੀ ਹੈ ਤਾਂ ਬੀਜਿਆਂ ਬਗੈਰ ਅੰਦਰ ਰੱਖਤਾ, ਔਰ ਬਰਤਨ ਵਗੈਰਾ ਆਟੇ ਵਾਲੀ ਬਡੋਲੀ ਇੱਥੇ ਰੱਖਤੀ। ਅਤੇ ਔਰ ਇੱਕ ਸਿਸਟਰ ਨੇ ਸਾਨੂੰ ਨਾ ਗਾਡਰ ਲੈ ਕੇ ਦਿੱਤੀ ਸੀ, ਅੱਲਾਹ ਪਾਕ ਉਹਦੀ ਜ਼ਿੰਦਗੀ ਕਰੇ। ਕਾਫੀ ਸਾਰੇ ਅੱਲਾਹ ਪਾਕ ਦੇ ਪਿਆਰੇ ਨੇ ਇੱਕ ਬੰਦੇ ਨੇ ਜਿਹੜੇ ਸਾਡੀ ਇਤਰੀ ਹੈਲਪ ਕੀਤੀ, ਇਤਰੇ ਜੋਗੇ ਮੇਰੇ ਅੰਕਲ ਜੀ ਹੈਗਾ ਸੀ, ਉਹਨੇ ਸਭ ਤੋਂ ਪਹਿਲੇ ਉਹਨੇ ਵੀ ਹੈਲਪ ਕੀਤੀ ਸੀ। ਅੱਲਾਹ ਪਾਕ ਉਹਦੀਆਂ ਪੋਤੀਆਂ ਦੋ ਤਰਿਆਂ ਨੂੰ ਅੱਲਾਹ ਪਾਕ ਉਹਦੀ ਜ਼ਿੰਦਗੀ ਕਰੇ। ਸਾਡੇ ਵਾਸਤੇ ਇਹ ਪਹਿਲੇ ਛੋਟਾ ਕਮਰਾ ਹੈਗਾ ਸੀ ਨਾ, ਇੱਟਾਂ ਵਗੈਰਾ ਉਹਨੇ ਲੈ ਕੇ ਦਿੱਤੀਆਂ ਸੀ, ਪੈਸੇ ਭੇਜੇ ਸੀ, ਤਾਂ ਇਹ ਅੱਲਾਹ ਨੇ ਬਣਾਇਆ ਸੀ ਕੰਮ। ਅੱਲਾਹ ਨੇ ਉਚਾਇਆ ਤਾਂ ਸੋਹਣਾ ਮਾਲਕ ਹਿੰਮਤ ਦੇਵੇ ਤੈਨੂੰ ਪਲਸਤਰ ਕਰਾਵਾਂਗੇ, ਤਾਂ ਔਰ ਦਰਵਾਜ਼ਾ ਵੀ ਲਾਵਾਂਗੇ, ਤਾਂ ਨਾਲ ਵਿੰਡੋ ਵੀ ਲਾਵਾਂਗੇ, ਤਾਂ ਉਹ ਵਾਲਾ ਦਰਵਾਜ਼ਾ ਵੀ ਅੱਲਾਹ ਦੀ ਬਰਕਤ ਨਾਲ ਇਨਸ਼ਾਅੱਲਾ ਤਾਲਾ ਲਾਵਾਂਗੇ। ਸਭ ਤੋਂ ਪਹਿਲਾਂ ਕਿਹੜਾ ਹੈਗਾ ਨਾ, ਉਹ ਵਾਲਾ ਗੇਟ ਹੈਗਾ ਜ਼ਰੂਰੀ, ਕਿਹੜਾ ਨਾ ਬੜੀ ਹੀ ਨਾ ਮੁਸ਼ਕਿਲ ਹੈਗੀ, ਬੜਾ ਹੀ ਨਾ ਯਕੀਨ ਕਰ ਡਰ ਲੱਗਦਾ ਰਹਿੰਦਾ ਹੈਗਾ, ਬਾਰਾ ਨਾ ਕੀ ਕਰੀਏ। ਫਿਰ ਸਾਡੇ ਕੋਲ ਇੱਥੇ ਪਿੰਡਾਂ ਥਾਵਾਂ ਦੇ ਹਾਲਾਤ ਬਹੁਤ ਮਾੜੇ ਹੈਗੇ, ਵੀ ਇੱਥੇ ਕਿਸੇ ਨੂੰ ਪੁਜਾ ਨਹੀਂ ਹੁੰਦਾ ਵੀ ਕੋਈ ਅੱਛਾ ਖਾ ਰਿਹਾ ਜਾਂ ਅੱਛਾ ਪਹਿਨ ਰਿਹਾ ਹੈਗਾ, ਤਾਂ ਕਰਕੇ ਇੱਥੇ ਨਾ ਡਰ ਲੱਗਿਆ ਰਹਿੰਦਾ। ਦਰਵਾਜ਼ਾ ਹੋਵੇਗਾ ਨਾ ਤਾਂ ਫਿਰ ਨਾ ਪਰੇਸ਼ਾਨੀ ਖਤਮ ਹੋ ਜਾਵੇਗੀ। ਅੱਲਾਹ ਹਿੰਮਤ ਦੇਵੇ ਨਾ ਤਾਂ ਸਭ ਤੋਂ ਪਹਿਲੇ ਨਾ ਦਰਵਾਜ਼ਾ ਲਾਵਾਂਗੇ, ਅਤੇ ਉਸ ਤੋਂ ਬਾਅਦ ਅੱਲਾਹ ਆਸਤਾ ਆਸਤਾ ਸੋਹਣਾ ਮਾਲਕ ਹਿੰਮਤ ਦਿੰਦਾ ਜਾਵੇਗਾ, ਤਾਂ ਨਾਲ ਇਹ ਕਮਰਾ ਹੀ ਉਸਾਰਾਂਗੇ, ਅਤੇ ਨਾਲ ਨਾ ਬਰਾਂਡਾ ਵਗੈਰਾ ਹੀ ਬਣਾਵਾਂਗੇ। ਖੁਆਇਸ਼ ਤਾਂ ਦਿਲ ਵਿੱਚ ਬਹੁਤ ਹੈਗੀ, ਅੱਲਾਹ ਪਾਕ ਸਾਡੀ ਕਬੂਲ ਕਰੇਗਾ ਸੋਹਣਾ ਮਾਲਕ, ਇਨਸ਼ਾਅੱਲਾ ਤਾਲਾ ਸਾਡੀਆਂ ਦੁਆਵਾਂ ਤਾਂ ਕਬੂਲ ਹੁੰਦੀਆਂ ਨੇ। ਅੱਲਾਹ ਪਾਕ ਸਾਰਿਆਂ ਦੀ ਜ਼ਿੰਦਗੀ ਕਰੇ। ਮਾਸ਼ਾਅੱਲਾ ਵਾਸ਼ਰੂਮ ਵਾਸਤੇ ਅੱਲਾਹ ਪਾਕ ਦੇ ਪਿਆਰਾ ਨੇਕ ਬੰਦਾ ਸੀ, ਉਹਨੇ ਸਾਡੀ ਹੈਲਪ ਕੀਤੀ ਸੀ, ਔਰ ਨਜ਼ੀਰ ਆਸ਼ਮੀ ਹੈਗਾ, ਅੱਲਾਹ ਪਾਕ ਉਹਦੀ ਜ਼ਿੰਦਗੀ ਕਰੇ। ਕਾਫੀ ਸਾਰੇ ਮਾਸ਼ਾਅੱਲਾ ਨੇ ਸਾਡੀ ਹੈਲਪ ਕੀਤੀ ਹੈ ਸਾਡੇ ਘਰ ਵਾਸਤੇ, ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਅੱਲਾਹ ਪਾਕ ਅਤੇ ਨੇਕ ਬੰਦਿਆਂ ਦਾ। ਕਾਫੀ ਸਾਰੇ ਮਾਸ਼ਾਅੱਲਾ ਅੱਲਾਹ ਪਾਕ ਦੇ ਪਿਆਰੇ ਨੇਕ ਬੰਦੇ ਹੈਗੇ। ਮੇਰੀ ਤਿੰਨ ਸਿਸਟਰਾਂ ਹੈਗੀਆਂ, ਉਹਨੇ ਮਾਸ਼ਾਅੱਲਾ ਸਾਡੀ ਹੈਲਪ ਕੀਤੀ ਸੀ, ਤਿੰਨ ਇਕੱਠੀਆਂ ਸਿਸਟਰਾਂ ਹੈਗੀਆਂ, ਅੱਲਾਹ ਪਾਕ ਉਹਨਾਂ ਦੀ ਜ਼ਿੰਦਗੀ ਕਰੇ। ਔਰ ਖਾਲਿਦ ਮਹਿਮੂਦ ਅਤੇ ਬਾਬਰ ਮਹਿਮੂਦ ਅੱਲਾਹ ਪਾਕ ਉਹਦੀ ਜ਼ਿੰਦਗੀ ਕਰੇ, ਉਹਨੇ ਵੀ ਸਾਡੀ ਹੈਲਪ ਕੀਤੀ ਸੀ। ਕਾਫੀ ਸਾਰੇ ਅੱਲਾਹ ਪਾਕ ਦੇ ਨੇਕ ਬੰਦੇ ਨੇ। ਮੇਰੀ ਸਿਸਟਰ ਫਰੀਦਾ ਹੈਗੀ, ਅੱਲਾਹ ਪਾਕ ਉਹਦੀ ਜ਼ਿੰਦਗੀ ਕਰੇ। ਉਸ ਕਮਰੇ ਦੀ ਮਾਸ਼ਾਅੱਲਾ ਛੱਤ ਕਿਹੜੀ ਹੈਗੀ ਨਾ, ਉਸ ਨਵੀਂ 0 ਮੀਟਰ ਨਾਲ ਪੂਰੇ ਕਮਰੇ ਦੀ ਮਾਸ਼ਾਅੱਲਾ ਉਹਨੇ ਛੱਤ ਸਾਨੂੰ ਲੈ ਕੇ ਦਿੱਤੀ ਸੀ। ਅੱਲਾਹ ਪਾਕ ਉਹਦੀ ਜ਼ਿੰਦਗੀ ਕਰੇ। ਔਰ ਇਤਰਾ ਇੱਕ ਅੱਲਾਹ ਪਾਕ ਤਾਂ ਹੋਰ ਪਿਆਰਾ ਨੇਕ ਬੰਦਾ ਹੈਗਾ, ਸਿਸਟਰ ਮੇਰੀ ਹੈਗੀ ਬਹੁਤ ਅੱਛੀ, ਇਹ ਵਾਲਾ ਦਰਵਾਜ਼ਾ ਵੀ ਉਹਨੇ ਮਾਸ਼ਾਅੱਲਾ ਲਗਾ ਕੇ ਦਿੱਤਾ ਸੀ, ਔਰ ਏਅਰ ਕੂਲਰ ਵੀ ਉਹਨੇ ਮਾਸ਼ਾਅੱਲਾ ਲੈ ਕੇ ਦਿੱਤਾ ਸੀ, ਔਰ ਪੱਖੇ ਵੀ ਬਹੁਤ ਸਾਡੇ ਵਾਸਤੇ ਉਹਨੇ ਨਾ ਗਿਫਟ ਭੇਜੇ ਨੇ। ਅੱਲਾਹ ਪਾਕ ਉਹਦੀ ਜ਼ਿੰਦਗੀ ਕਰੇ। ਇਹ ਵਾਲੀਆਂ 2 ਵਾਸ਼ਿੰਗ ਮਸ਼ੀਨਾਂ, ਔਰ ਇਹ ਵਾਲਾ ਏਅਰ ਕੂਲਰ, ਅਤੇ ਔਰ ਉਹ ਵਾਲਾ ਪੱਖਾ ਕਿਹੜਾ ਸ਼ੋਪ 'ਤੇ ਹੈਗਾ, ਉਹ ਵਾਲਾ। ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਉਸ ਅੱਲਾਹ ਪਾਕ ਦੇ ਨੇਕ ਬੰਦੇ ਦੀ ਜਿਹੜੇ ਸਾਡੇ ਵਾਸਤੇ ਇਤਰਾ ਕੁਛ ਸੋਚਿਆ ਹੈਗਾ। ਅਤੇ ਸਾਰਿਆਂ ਵਾਸਤੇ, ਅਸੀਂ ਤਾਂ ਭਾਈਆਂ ਭੈਣਾਂ ਵਾਸਤੇ, ਸਾਰਿਆਂ ਵਾਸਤੇ ਦੁਆ ਕਰਨੇ, ਅੱਲਾਹ ਪਾਕ ਸਾਰਿਆਂ ਦੀ ਜ਼ਿੰਦਗੀ ਕਰੇ ਅਤੇ ਸਾਰਿਆਂ ਦੇ ਕਾਰੋਬਾਰ 'ਚ ਬਰਕਤਾਂ ਪਾਵੇ। ਕਿਉਂਕਿ ਅੱਲਾਹ ਪਾਕ ਦੇ ਇਤਰੇ ਨੇਕ ਬੰਦੇ ਨੇ ਜਿਹੜੇ ਸਾਡੀ ਇਤਰੀ ਹੈਲਪ ਕੀਤੀ, ਅਸੀਂ ਸਾਡਾ ਤਾਂ ਦਿਲ ਯਕੀਨ ਕਰਦਾ ਹੈ, ਦਿਨ ਰਾਤ ਉਹਨਾਂ ਨੂੰ ਦੁਆਈਂ ਦਿੱਤੀ ਰੱਖੀ। ਸੋਹਣਾ ਮਾਲਕ ਸਾਡੀਆਂ ਦੁਆਵਾਂ ਕਬੂਲ ਵੀ ਕਰਦਾ ਹੈਗਾ। ਅਸੀਂ ਦਿਲ ਦੇ ਵਿੱਚ ਦੁਆ ਕਰਨੇ ਹਰ ਵਾਸਤੇ, ਸਿੱਧੇ ਨੀਅਤ ਨਾਲ ਦੁਆ ਕਰਨੇ, ਤਾਂ ਅੱਲਾਹ ਪਾਕ ਸਾਰਿਆਂ ਨੂੰ ਸਾਡੀ ਦੁਆ ਕਿਹੜੀ ਜਿਹਨੇ ਕਿਹਨੇ ਭਾਈਆਂ ਭੈਣਾਂ ਨੂੰ ਕੀਤੀ ਕਬੂਲ ਕਰੇ, ਅਤੇ ਜਿਹੜੇ ਬਿਮਾਰ ਨੇ ਸੋਹਣਾ ਮਾਲਕ ਉਹਨਾਂ ਨੂੰ ਸ਼ਿਫਾ ਦੇਵੇ, ਅਤੇ ਜਿਹੜੇ ਕੁਲਾਦ ਨਹੀਂ ਅੱਲਾਹ ਪਾਕ ਉਹਨਾਂ ਨੂੰ ਲਾ ਦੇਵੇ। ਸੋਹਣਾ ਮਾਲਕ ਸਾਰਿਆਂ 'ਤੇ ਰਹਿਮਤ ਕਰੇ, ਅਤੇ ਅੱਲਾਹ ਪਾਕ ਸੋਹਣਾ ਮੇਰਾ ਮਾਲਕ ਸਾਡੀਆਂ ਦੁਆਵਾਂ ਕਬੂਲ ਕਰੇ। ਜਿਹੜੇ ਸਾਡੀ ਇਤਰੀ ਮਾਸ਼ਾਅੱਲਾ ਹੈਲਪ ਕੀਤੀ, ਅੱਲਾਹ ਪਾਕ ਉਹਨਾਂ ਦੇ ਲੱਖਾਂ ਅਤੇ ਕਰੋੜਾਂ ਦੇ ਹਿਸਾਬ ਨਾਲ ਬਰਕਤਾਂ ਪਾਏ ਉਹਨਾਂ ਦੀ ਸਾਰੀ ਫੈਮਿਲੀ 'ਤੇ। ਸੋਹਣਾ ਮਾਲਕ ਰਹਿਮਤਾਂ ਕਰੇ, ਔਰ ਹਰ ਵਕਤ ਉਹਨਾਂ 'ਤੇ ਆਪਣੀ ਰਹਿਮਤ ਬਣਾਈ ਰੱਖੇ। ਇਨਸ਼ਾਅੱਲਾ ਤਾਲਾ ਅੱਲਾਹ ਨੇ ਚਾਹਿਆ ਤਾਂ ਅਸੀਂ ਆਪਣਾ ਘਰ ਦਾ ਕੰਮ ਨਾ ਸ਼ੁਰੂ ਕਰਾਂਗੇ,
ਕਿਉਂਕਿ ਆਬਿਦ ਬਾਈ ਨੇ ਫਿਰ ਨਾ ਮਿਸਤਰੀ ਘੱਟ ਹੀ ਲੱਭਦਾ ਹੈਗਾ, ਇੱਥੋਂ ਇੱਦਾਂ ਇਜਾਜ਼ ਬਾਈ ਦਾ ਕੰਮ ਹੋ ਜਾਂਦਾ ਨਾ। ਉਸ ਤੋਂ ਬਾਅਦ ਇਨਸ਼ਾਅੱਲਾ ਤਾਲਾ ਭਾਵੇਂ ਉਧਾਰ ਲੈਣਾ ਪਿਆ ਨਾ, ਅਤੇ ਇਹ ਵਾਲਾ ਦਰਵਾਜ਼ਾ ਕਿਹੜਾ ਹੈਗਾ ਨਾ, ਉਧਾਰ ਤੂੰ ਨਾ ਦਿਲ ਕਤਰਾਉਂਦਾ ਵੀ ਨਾ ਦਿਲ ਨਾ ਡਰ ਜਾਂਦਾ ਹੈਗਾ ਵੀ ਉਧਾਰ ਨਾ ਕੋਈ ਬੰਦਾ ਆ ਕੇ ਨਾ ਬੂਹੇ 'ਤੇ ਪੈਸੇ ਮੰਗਣ ਵਾਸਤੇ ਨਾ ਆ ਜਾਵੇ, ਕਿਉਂਕਿ ਉਧਾਰ ਕਿਸੇ ਟਾਈਮ ਪੈਸੇ ਸਾਨੂੰ ਕੋਲ ਨਹੀਂ ਹੈ, ਮੇਰਾ ਕਿਹੜਾ ਇੱਡਾ ਜ਼ਿਆਦਾ ਵੱਡਾ ਕਾਰੋਬਾਰ ਹੈ ਕਿਹੜੇ ਇਤਨੇ ਪੈਸੇ ਦੇ ਦੇਵਾਂਗਾ, ਤਾਂ ਕਰਕੇ ਨਾ ਉਧਾਰ ਨਹੀਂ ਲੈਂਦਾ ਅਤੇ ਪਰੇਸ਼ਾਨੀ ਨੂੰ ਦੇਖਾਂ ਤਾਂ ਉਧਾਰ ਲੈ ਲਵਾਂ, ਕਿਉਂਕਿ ਉਹਨੂੰ ਬੜੀ ਕਾਫੀ ਸਾਰੀ ਨਾ ਪਰੇਸ਼ਾਨੀ ਰਹਿੰਦੀ ਹੈ। ਚਲੋ ਕੋਈ ਨਹੀਂ, ਅੱਲਾ ਜਿਵੇਂ ਅੱਲਾ ਪਾਕ ਨੂੰ ਮਨਜ਼ੂਰ ਹੈ ਸੋਹਣਾ ਮਾਲਕ ਨੂੰ ਰਜ਼ਾਮੰਦੀ ਨਾਲ ਅੱਲਾ ਹਿੰਮਤ ਦੇਵੇਗਾ ਅਤੇ ਦਰਵਾਜ਼ਾ ਲਗਾਵਾਂਗੇ। ਔਰ ਸਾਡੀ ਵੀਡੀਓ ਅੱਛੀ ਲੱਗੀ ਹੈ ਲਾਈਕ ਕਮੈਂਟ ਜ਼ਰੂਰ ਕਰਨਾ ਹੈਗਾ ਅਤੇ ਸਬਸਕ੍ਰਾਈਬ ਵੀ ਕੀਤਾ ਕਰੋ ਚਾਹੇ, ਕਿਉਂਕਿ ਕਾਫੀ ਸਾਰੇ ਮਾਸ਼ਾਅੱਲਾ ਸਾਡੇ ਸਬਸਕ੍ਰਾਈਬਰ ਹੀ ਹੈ ਅਤੇ ਪਿਆਰੇ ਪਿਆਰੇ ਮਾਸ਼ਾਅੱਲਾ ਕਮੈਂਟ ਵੀ ਬਹੁਤ ਸਾਰੇ ਆਏ ਹੋਏ ਗਏ ਸੀ। ਅੱਲਾ ਪਾਕ ਸਾਰਿਆਂ ਦੀ ਜ਼ਿੰਦਗੀ ਕਰੇ, ਸਾਰਿਆਂ ਦੇ ਕਾਰੋਬਾਰ ਬਰਕਤਾਂ ਪਾਵੇ। ਔਰ ਅੱਜ ਦੇ ਵਲੋਗ ਵਿੱਚ ਭਾਈਆਂ ਭੈਣਾਂ ਕੋਲ ਇੱਥੇ ਲੈਣੇ ਜਾਸ ਤਾਂ ਇਨਸ਼ਾਅੱਲਾ ਤਾਲਾ ਜ਼ਿੰਦਗੀ ਰਹੀ ਅਤੇ ਸੁਬਾਹ ਮਿਲਾਂਗੇ ਭਾਈਆਂ ਭੈਣਾਂ ਕਿਸੇ ਅੱਛੇ ਜਿਹੇ ਵਲੋਗ ਵਿੱਚ। ਆਪਣਾ ਢੇਰ ਸਾਰਾ ਖਿਆਲ ਰੱਖਣਾ ਅਤੇ ਦੁਆਵਾਂ ਯਾਦ ਰੱਖਣਾ ਅਤੇ ਅੱਜ ਦੇ ਵਲੋਗ ਵਿੱਚ ਇੰਨੇ ਜਾਸ ਤਾਂ ਅੱਲਾ ਹਾਫਿਜ਼।